फैक्ट न्यूज़ देख रहे सारे दर्शकों का स्वागत है। इस टाइम असी खड़े हैं पटियाला के बस स्टैंड, इतने तुम्हें तस्वीर दिखा दी है, मेरे पीछे तस्वीर देख रहे हो तुम कि किस तरह उरे भीड़ भड़का होया पाया। लोग अपने अपने जगह पर पहुँचने लिए बसों का इतने इस्तेमाल कर रहे हैं। दूजे पास जिथे पंजाब सरकार वालों महिलाओं को फ्री बस सर्विस की सुविधा दी गई है, उसके तहत उरे महिलाओं का भारी इकट्ठ है और सरकारी बसों का इंतजार किया जा रहा है। इतने तुहाडे नाल दिखा दी असी तस्वीर जो देख रहे हो, इतने ना तो कोई सोशल डिस्टेंसिंग का ध्यान रखा जा रहा, ना ही किसी ने मास्क पाया होया। और जबकि पटियाला जिहड़ा इस टाइम हाई अलर्ट के उत्ते है, क्योंकि इतने रोजाना 300-350 केस नवे कोरोना पॉजिटिव के आ रहे हैं। की नाम है मैडम जी अपना? बलजीत कौर। कितने जाना तुसी? देवीगढ़ जाना। ਤੁਹਾਨੂੰ ਪਤਾ ਕਰੋਨਾ ਫੈਲਿਆ ਪਿਆ, ਮੂੰਹ ਤੇ ਮਾਸਕ ਵਗੈਰਾ ਨਹੀਂ ਪਾਣਾ ਹੈਗਾ ਜੀ? ਵਿੱਚ ਪਾ ਰਿਹਾ ਮਾਸਕ, ਸਰਕਾਰ ਕਹਿੰਦੀ ਹੈ ਬਿਮਾਰੀ ਹੈ ਤਾਂ ਤੁਸੀਂ ਮਾਸਕ ਪਾ ਕੇ ਰੱਖੋ। ਅੱਛਾ ਜੀ, ਕਿਹੜੀ ਬੱਸ ਦਾ ਇੰਤਜ਼ਾਰ ਕਰ ਰਹੇ ਹੋ? ਇਹ ਸਰਕਾਰ ਦਾ ਬੱਸ ਦਾ ਇੰਤਜ਼ਾਰ ਕਰ ਰਹੇ, ਜਿਹੜੀ ਆਪਣਾ ਕਿਰਾਇਆ ਫ੍ਰੀ ਹੋਇਆ ਵਾ। ਕਿਰਾਇਆ ਫ੍ਰੀ ਇਸ ਕਰਕੇ ਤੁਸੀਂ ਮੈਨਾਂ ਦੇਖ ਸਕਦੇ ਹੋ, ਹੋਰ ਵੀ ਤੁਹਾਡੇ ਮਹਿਲਾਵਾਂ ਨਾਲ ਗੱਲ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ। ਤੁਸੀਂ ਆ ਦੇਖ ਦਿਓ ਕਿੰਨਾ ਕੁ ਭੀੜ ਭੜੱਕਾ ਉਰੇ ਹੋਇਆ ਪਿਆ, ਇਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ। ਕੀ ਨਾਮ ਹੈ ਉਹਨਾਂ ਜੀ ਆਪਣਾ? ਗੱਲ ਕਰਨਾ ਦੱਸ, ਕੀ ਨਾਮ ਹੈ ਜੀ ਆਪਣਾ? ਸੁਖਿੰਦਰ ਕੌਰ। ਕਿਹੜੀ ਬੱਸ ਦਾ ਇੰਤਜ਼ਾਰ ਕਰ ਰਹੇ ਹੋ? ਹਾਂਜੀ, ਪੇਵੇ ਵਾਲੀ। ਪੇਵੇ ਵਾਲੀ? ਪੇਵੇ ਇਹ ਜਿਹੜੀ ਫ੍ਰੀ ਸਬਜ਼ੀ ਦਿੱਤੀ ਹੈ ਉਹਦਾ ਇੰਤਜ਼ਾਰ ਕਰ ਰਹੇ ਤੁਸੀਂ? ਤੁਸੀਂ ਤਸਵੀਰਾਂ ਦੇਖ ਰਹੇ ਹੋ ਲਗਾਤਾਰ, ਉਹਦੇ ਮਹਿਲਾਵਾਂ ਕਿੰਨੀ ਭਾਰੀ ਸੰਖਿਆ ਦੇ ਵਿੱਚ ਖੜੀਆਂ ਹੋਈਆਂ ਇਹਨਾਂ ਕੱਢੂ ਅਲੱਗ ਅਲੱਗ। ਹੋਰ ਵੀ ਬੱਸ ਸਟੈਂਡ ਦੇ ਹੋਰ ਵੀ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿੰਨਾ ਕੁ ਉਰੇ ਭਾਰੀ ਇਕੱਠ ਹੋਇਆ ਔਰ ਕਿੱਥੇ ਨਾ ਕਿਤੇ ਜਿਹੜੀਆਂ ਸਰਕਾਰ ਵੱਲੋਂ ਕਰੋਨਾ ਨੂੰ ਲੈ ਕੇ ਗਾਈਡਲਾਈਨਸ ਦਿੱਤੀਆਂ ਗਈਆਂ ਉਹਦੀਆਂ ਸਾਫ਼ ਸਾਫ਼ ਧੱਜੀਆਂ ਉਡਾਈਆਂ ਜਾ ਰਹੀਆਂ। ਉਰੇ ਲੋਕਾਂ ਵੱਲੋਂ ਨਾ ਤਾਂ ਮਾਸਕ ਪਹਿਨੇ ਜਾ ਰਹੇ ਹੈ ਔਰ ਨਾ ਹੀ ਕੋਈ ਸੋਸ਼ਲ ਡਿਸਟੈਂਸਿੰਗ ਦਾ ਕੋਈ ਧਿਆਨ ਰੱਖਿਆ ਜਾ ਰਿਹਾ। ਇੱਥੇ ਅਸੀਂ ਕੁਝ ਬੱਸ ਕੰਡਕਟਰ ਨਾਲ ਵੀ ਗੱਲ ਕਰਾਂ। ਕੀ ਨਾਮ ਹੈ ਜੀ ਆਪਣਾ? ਕੋਈ ਗੱਲ ਨਹੀਂ, ਨਾਮ ਕੀ ਆਪਣਾ? ਹਾਂਜੀ, ਅਮਨ। ਕਿਹੜੇ ਰੋਡਵੇਜ਼ ਦੀ ਬੱਸ? ਹਰਿਆਣਾ ਰੋਡਵੇਜ਼। ਇਹ ਤੁਹਾਡੀ ਬੱਸ ਦੇ ਵਿੱਚ ਕੋਈ ਜਿਹੜਾ ਸੈਨੀਟਾਈਜ਼ਰ ਵਗੈਰਾ ਜਾਂ ਉਹਦੀ ਵਿਵਸਥਾ ਹੈਗੀ ਆ? ਹੈ ਜੀ, ਹੈ। ਕਿਸ ਤਰ੍ਹਾਂ ਸਵਾਰੀਆਂ, ਜਿਵੇਂ ਬਹੁਤ ਖਚਾ ਖਚ ਭਰੀਆਂ ਇਹਨਾਂ ਨੇ, ਕਿਸ ਨੇ ਮਾਸਕ ਨਹੀਂ ਪਾਇਆ ਹੋਇਆ, ਕੋਈ ਸੋਸ਼ਲ ਡਿਸਟੈਂਸਿੰਗ ਇਦਾਂ ਦਾ ਕੁਝ? ਤੁਸੀਂ ਗਾਈਡਲਾਈਨ ਦਾ ਪਾਲਣਾ ਨਹੀਂ ਕਰਵਾ ਰਹੇ? ਸਰਕਾਰੀ ਤਾਂ ਕੰਮ ਕਰ ਰਹੀ ਹੈ ਜੀ, ਉਹ ਪ੍ਰਾਈਵੇਟ ਨਹੀਂ ਕਰ ਰਹੀ, ਦੇਖੋ ਗਾਈਡਲਾਈਨ ਪੂਰੀ। ਤੁਸੀਂ ਤੁਹਾਡੀ ਬੱਸ ਵਿੱਚ ਸਾਰੀ ਵਿਵਸਥਾ ਹੈਗੀ ਆ? ਹਾਂਜੀ, ਹਾਂ, ਪੂਰੀ ਵਿਵਸਥਾ ਜੀ। ਤੁਹਾਨੂੰ ਹੋਰ ਵੀ ਦਿਖਾਵਾਂਗੇ, ਪੰਜਾਬ ਰੋਡਵੇਜ਼ ਦੀਆਂ ਬੱਸਾਂ ਵੀ ਦਿਖਾਵਾਂਗੇ ਜਿਹਦੇ ਵਿੱਚ ਲਗਾਤਾਰ ਉਰੇ ਮਹਿਲਾਵਾਂ ਕਾਫੀ ਸੰਖਿਆ ਦੇ ਵਿੱਚ ਪਹੁੰਚੀਆਂ ਹੋਈਆਂ। ਪਰ ਕਿੱਥੇ ਨਾ ਕਿੱਥੇ ਕਰੋਨਾ ਮਹਾਂਮਾਰੀ ਨੂੰ ਲੈ ਕੇ ਜਿਹੜੇ ਸਰਕਾਰ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਉਸਦੀਆਂ ਉਹਨਾਂ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ। ਅਸੀਂ ਮਹਿਲਾਵਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ, ਉਰੇ ਸਰਕਾਰੀ ਬੱਸਾਂ ਦਾ ਵੀ ਤੁਹਾਨੂੰ ਹਾਲ ਦਿਖਾਵਾਂਗੇ। ਕੁਛ ਮਹਿਲਾਵਾਂ ਨਾਲ ਵੀ ਗੱਲ ਕਰਦੀ। ਕੀ ਨਾਮ ਹੈ ਰਾਜੇ ਆਪਣਾ? ਨਾਮ ਦੱਸੋ, ਤੁਹਾਡਾ ਕੀ ਨਾਮ ਹੈ? ਨੀਤੂ ਜੀ। ਕਰੋਨਾ ਫੈਲਿਆ ਪਿਆ ਰਾਜੇ, ਮਾਸਕ ਨਹੀਂ ਪਾਇਆ ਤੁਸੀਂ? ਤੁਹਾਨੂੰ ਪਤਾ ਬਿਮਾਰੀ ਇੰਨੀ ਫੈਲੀ ਪਈ ਹੈ, ਮਾਸਕ ਪਾਉਣਾ ਜ਼ਰੂਰੀ ਹੈ ਨਾ ਆਪਣਾ? ਮਾਸਕ ਭੁੱਲ ਆਏ ਸੀ ਤਾਂ ਕਰਕੇ ਅੱਜ ਚੁੰਨੀ ਬੰਨ ਰੱਖੀ। ਜਿਹੜੀਆਂ ਉਰੇ ਫ੍ਰੀ ਸਰਵਿਸ ਆ ਰਹੀ ਉਹਦਾ ਇੰਤਜ਼ਾਰ ਕਰ ਰਹੇ ਹੋ ਬੱਸ ਦਾ ਤੁਸੀਂ? ਨਹੀਂ ਨਹੀਂ, ਜਿਹੜੀ ਬੱਸ ਫ੍ਰੀ ਚੱਲਦੀ ਹੈ ਸੇਵਾ ਉਹਦਾ ਇੰਤਜ਼ਾਰ ਕਰੋ, ਉਸ ਬੱਸ 'ਚ ਜਾਣਾ ਤੁਸੀਂ? ਜਿਹੜੀ ਬੱਸ ਸਾਡੇ ਪਿੰਡ ਵਾਲੇ ਆਉਂਦੇ ਉਹ 'ਚ? ਤੁਸੀਂ ਉਰੇ ਸਾਫ਼ ਦੇਖ ਰਹੇ ਹੋ ਕਿ ਜੋ ਸਰਕਾਰ ਵੱਲੋਂ ਗਾਈਡਲਾਈਨਸ ਦਿੱਤੀਆਂ ਗਈਆਂ ਉਹਨਾਂ ਗਾਈਡਲਾਈਨ ਦੀਆਂ ਸਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ। ਸਰ ਜਿਹੜੀਆਂ ਮਹਿਲਾਵਾਂ ਹੈਗੀਆਂ ਬੱਸ ਫ੍ਰੀ ਬੱਸ ਸਰਵਿਸ ਦਾ ਇੰਤਜ਼ਾਰ ਕਰ ਰਹੀਆਂ, ਜਿਸ ਕਰਕੇ ਉਰੇ ਭੀੜ ਭੜੱਕਾ, ਕਿਉਂਕਿ ਬੱਸਾਂ ਦੇ ਚੱਲਣ ਦਾ ਸਮਾਂ ਹੁੰਦਾ, ਸਮੇਂ 'ਤੇ ਪ੍ਰਾਈਵੇਟ ਬੱਸਾਂ ਚੱਲਦੀਆਂ, ਕਿਤੇ ਸਰਕਾਰੀ ਬੱਸ ਚੱਲਦੀ ਆ, ਤਾਂ ਸਰਕਾਰੀ ਬੱਸਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ। ਤੁਸੀਂ ਤਸਵੀਰਾਂ ਜਿਹੜੀਆਂ ਦੇਖ ਰਹੇ ਹੋ ਇਹ ਪਟਿਆਲਾ ਦੇ ਬੱਸ ਸਟੈਂਡ ਦੀਆਂ, ਇੱਥੇ ਤੁਸੀਂ ਲਗਾਤਾਰ ਰਸ਼ ਦੇਖ ਰਹੇ ਹੋ ਕਿ ਕਿੰਨਾ ਕਿਵੇਂ ਮਹਿਲਾਵਾਂ ਦਾ ਉਰੇ ਰਸ਼ ਹੈ ਔਰ ਕਿਸ ਤਰੀਕੇ ਨਾਲ ਉਰੇ ਕਿੰਨੀ ਸੋਸ਼ਲ ਡਿਸਟੈਂਸਿੰਗ ਦਾ ਬਿਲਕੁਲ ਧਿਆਨ ਨਹੀਂ ਦਿੱਤਾ ਜਾ ਰਿਹਾ। ਔਰ ਇਸ ਦੇ ਨਾਲ ਨਾਲ ਨਾ ਤਾਂ ਉਰੇ ਕਿਸੇ ਤਰ੍ਹਾਂ ਦੀ ਸਰਕਾਰ ਵੱਲੋਂ ਕੋਈ ਵਿਵਸਥਾ ਕੀਤੀ ਗਈ ਆ। ਅਸੀਂ ਹੋਰ ਵੀ ਕਿਸੇ ਮਹਿਲਾਵਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਉਰੇ ਦੇਖੋ ਤੁਸੀਂ ਕਿਸੇ ਨੇ ਵੀ ਕੀ ਨਾਮ ਹੈ ਮਾਤਾ ਜੀ ਆਪਣਾ? ਹਾਂਜੀ, ਨਾਮ ਕੀ ਆਪਣਾ? ਕੀ ਕਹਾਂਗੇ ਭਾਈ? ਹਾਂਜੀ, ਪਰਮਜੀਤ ਆ ਜੀ। ਕਿੱਥੇ ਜਾਣਾ ਤੁਸੀਂ? ਅਸੀਂ ਤਾਂ ਪਾਤੜਾ ਜਾਵਾਂਗੇ। ਕਿਹੜੀ ਬੱਸ ਦਾ ਇੰਤਜ਼ਾਰ ਕਰ ਰਹੇ ਹੋ? ਆ ਇੱਥੇ ਆ ਰਹੀ ਆ। ਸਰਕਾਰੀ ਬੱਸ ਦਾ ਇੰਤਜ਼ਾਰ ਕਰ ਰਹੇ ਜਿਹੜੀ ਫੀਸ ਫ੍ਰੀ ਜਾਂਦੀ ਹੈ ਬਸ? ਨਾ, ਪੈਸੇ ਦੇਵਾਂਗੇ ਅਸੀਂ, ਫ੍ਰੀ ਫ੍ਰੀ ਉੱਤੇ ਜਾਂਦੇ। ਤੁਹਾਨੂੰ ਪਤਾ ਬਿਮਾਰੀ ਫੈਲੀ ਹੋਈ, ਮਾਸਕ ਕਿਉਂ ਨਹੀਂ ਪਾਇਆ ਤੁਸੀਂ? ਬਸ ਅਸੀਂ ਚੁੰਨੀ ਦਾ ਕਰ ਲੈਣਾ ਵੀਰੇ, ਚੁੰਨੀ ਲਾਈ ਹੋ ਜੀ, ਹੁਣ ਚਾਹ ਵੀ ਕਹਿ ਜਾਣੀ ਸੀ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਉਰੇ ਰਸ਼ ਹੋਇਆ ਹੋਇਆ ਔਰ ਕਿਸ ਤਰ੍ਹਾਂ ਉਰੇ ਕਰੋਨਾ ਨੂੰ ਲੈ ਕੇ ਜਿਹੜੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਉਹਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ। ਦੇਖ ਰਹੇ ਹੋ ਕਿ ਉਰੇ ਲੋਕਾਂ ਵੱਲੋਂ ਬਿਲਕੁਲ ਮਾਸਕ ਨਹੀਂ ਪਾਇਆ ਜਾ ਰਿਹਾ। ਕੀ ਨਾਮ ਹੈ ਬਾਈ ਜੀ ਆਪਣਾ? ਗੁਰਜੰਟ ਸਿੰਘ ਜੀ। ਗੁਰਜੰਟ ਜੀ, ਕਿੱਥੇ ਜਾ ਰਹੀ ਹੈ ਬੱਸ? ਚੰਡੀਗੜ੍ਹ ਸਰ। ਗੁਰਜੰਟ ਜੀ, ਇਹ ਜਿਹੜੀ ਫ੍ਰੀ ਸੇਵਾ ਕਰਕੇ ਉਰੇ ਰਸ਼ ਅੱਜ ਲੇਡੀਜ਼ ਦਾ ਕਾਫੀ, ਕੀ ਵਿਵਸਥਾ ਆਪਣੀ ਬੱਸ ਦੇ ਵਿੱਚ? ਸੈਨੀਟਾਈਜ਼ਰ ਜਾਂ ਕੁਝ ਵਿਵਸਥਾ ਹੈਗੀ? ਹਾਂ ਜਾਂ ਪੂਰੀ ਵਿਵਸਥਾ ਜੀ, ਸੈਨੀਟਾਈਜ਼ਰ ਦੀ ਵੀ
ਤੇ ਸਰਕਾਰ ਵੱਲੋਂ ਪੂਰੀਆਂ ਹਦਾਇਤਾਂ ਦੇ ਮੁਤਾਬਕ ਚੱਲ ਰਹੇ ਹਾਂ, ਰੂਲਾਂ ਦੇ ਮੁਤਾਬਕ ਚੱਲ ਰਹੇ ਹਾਂ ਜੋ ਦਿੱਤੀਆਂ ਨੇ। ਹੁਣ ਤੁਹਾਡੇ ਬੱਸ ਵਿੱਚ ਦੇਖਣ ਨੂੰ ਮਿਲਿਆ ਕਈ ਸਵਾਰੀਆਂ ਦੇ ਮਾਸਕ ਨਹੀਂ ਪਾਇਆ ਪਿਆ, ਤੁਸੀਂ ਕਿਸੇ ਨੂੰ ਰੋਕ ਦੇਣਗੇ? ਜਾ ਕੇ ਵਿੱਚ ਹੁਣ ਉਹਨਾਂ ਨੂੰ ਕਵਰ ਕਰਾਵਾਂਗੇ ਮਾਸਕ, ਕਹਾਂਗੇ ਮਾਸਕ ਪਾਓ, ਟਿੱਟ ਕੱਟਣ ਲੱਗੇ ਮਾਸਕ ਕਵਰ ਕਰਾਵਾਂਗੇ ਉਹਨਾਂ ਦੇ। ਤੁਸੀਂ ਤਸਵੀਰਾਂ ਪਟਿਆਲਾ ਤੋਂ ਲਗਾਤਾਰ ਦੇਖ ਰਹੇ ਹੋ ਕਿ ਮੀਡੀਆ ਦੇ ਆਉਣ ਤੋਂ ਬਾਅਦ ਜਦੋਂ ਅਸੀਂ ਇਹ ਪਹੁੰਚੇ ਹਾਂ ਤਾਂ ਔਰ ਇੰਨਾ ਰਸ਼ ਸੀਗਾ, ਔਰ ਮੀਡੀਆ ਦੇ ਆਉਣ ਤੋਂ ਬਾਅਦ ਹੁਣ ਲੋਕਾਂ ਨੇ ਮਾਸਕ ਪਾਉਣੇ ਸ਼ੁਰੂ ਕੀਤੇ ਆ। ਪਰ ਇੱਥੇ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਦੇ ਵਿੱਚ ਜੋ ਕਿ ਇਸ ਟਾਈਮ ਪੂਰਾ ਹਾਈ ਅਲਰਟ ਦੇ ਉੱਤੇ ਹੈ, ਇੱਕ ਤਰ੍ਹਾਂ ਦਾ ਦੱਸਿਆ ਜਾਵੇ ਕਿ ਸਿਚੁਏਸ਼ਨ ਜਿਹੜੀ ਕਰੋਨਾ ਦੀ ਹੈਗੀ ਹੈ ਬਹੁਤ ਵਧੀ ਹੋਈ ਹੈ, ਲੇਕਿਨ ਕਿੱਥੇ ਨਾ ਕਿੱਥੇ ਉਰੇ ਲੋਕਾਂ ਵੱਲੋਂ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ। ਇੱਕ ਪਾਸੇ ਸਰਕਾਰ ਲੋਕਾਂ ਨੂੰ ਵੈਕਸੀਨੇਸ਼ਨ ਦਾ ਕਹਿ ਰਹੀ ਹੈ ਵੀ ਟੀਕਾਕਰਨ ਕਰਵਾਇਆ ਜਾਏ, ਉਸਦੇ ਨਾਲ ਨਾਲ ਜਿਹੜੀਆਂ ਕਰੋਨਾ ਦੀਆਂ ਗਾਈਡਲਾਈਨਸ ਹੈ ਉਹਨਾਂ ਦੀਆਂ ਹਦਾਇਤਾਂ ਦਾ ਵੀ ਪਾਲਣ ਕੀਤਾ ਜਾਏ। ਪਰ ਇੱਥੇ ਸ਼ਰੇਆਮ ਪਟਿਆਲਾ ਦੇ ਬੱਸ ਅੱਡੇ ਦੇ ਵਿੱਚ ਇਹਨਾਂ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ। ਕੈਮਰਾਮੈਨ ਰਜਤ ਦੇ ਨਾਲ ਫੈਕਟ ਨਿਊਜ਼ ਲਈ ਪਟਿਆਲਾ ਤੋਂ ਚਰਨਜੀਤ ਸਿੰਘ ਕੋਹਲੀ ਦੀ ਰਿਪੋਰਟ। ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼।